ਸ੍ਰੀ ਅਕਾਲ ਜੀ, ਮੈਂ ਅਮਰਜੀਤ ਧਮਾਨ, ਤੁਸੀਂ ਦੇਖ ਰਹੇ ਹੋ ਇਹ ਧਮਾਨ ਚੈਨਲ। ਸੋ ਅੱਜ ਪੂਰੇ ਸ਼ਹਿਰ ਦੇ ਵਿੱਚ ਜੋ ਸਰਵੇ ਕੀਤਾ ਜਾ ਰਿਹਾ ਹੈ, ਜਿਵੇਂ ਕਿ ਡੇਂਗੂ ਅਤੇ ਚਿਕਨ ਗੁਣੀਆਂ ਚੱਲ ਰਿਹਾ ਹੈ, ਉਸ ਨੂੰ ਅਵੇਅਰ ਕਰਨ ਦੇ ਲਈ ਅੱਜ ਹੋਸਪਿਟਲ ਦੀ ਜੋ ਟੀਮ ਹੈ ਉਹ ਘਰ ਘਰ ਜਾ ਕੇ ਸਰਵੇ ਕਰ ਰਹੀ ਹੈ, ਅਤੇ ਆਪਾਂ ਗੱਲਬਾਤ ਵੀ ਕਰਦੇ ਹਾਂ ਆਪਣਾ ਮੁਨੀਸ਼ ਜੀ ਦੇ ਨਾਲ ਕਿ ਇਹਨਾਂ ਦਾ ਕਹਿਣਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਸਰਵੇ ਕਰ ਰਹੇ ਹੋ, ਕੀ ਕਹੋਗੇ? ਹਾਂਜੀ ਸਰ, ਸਾਡੇ ਮਾਨਯੋਗ ਸਿਹਤ ਮੰਤਰੀ ਜੀ ਜੋੜਾ ਮਾਜਰਾ ਜੀ, ਅਤੇ ਸਿਵਲ ਸਰਜਨ ਮੈਡਮ ਸਾਡੇ ਦਰਸ਼ਪਾਲ ਕੌਰ ਜੀ, ਅਤੇ ਸਾਡੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਸ਼ੈਲਿੰਦਰ ਕੌਰ, ਅਤੇ SMO ਰਜਿੰਦਰ ਭੂਸ਼ਣ ਜੀ ਕੁਰਾਲੀ। ਹਾਂਜੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਅੱਜ ਐਤਵਾਰ ਵਾਲੇ ਦਿਨ ਵੀ ਆਪਣੀ ਪੂਰੀ ਟੀਮ ਦੇ ਨਾਲ ਸਰਵੇ ਕਰ ਰਹੇ ਹਾਂ, ਅਤੇ ਅਸੀਂ ਆਲਰੇਡੀ ਇਸ ਮੁਹੱਲੇ ਦੇ ਵਿੱਚ 10ਵੀਂ ਵਾਰ ਆਏ ਹਾਂ, ਅਤੇ ਤੁਸੀਂ ਦੇਖੇ ਕਿ ਕਿੰਨਾ ਲਾਰਵਾ ਇੱਥੇ ਹੈਗਾ ਹੈ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਵਾਰ ਵਾਰ ਚਲਾਨ ਵੀ ਕੱਟੇ ਹੈਗੇ ਹਾਂ। ਕਿਹੜਾ ਮੁਹੱਲਾ ਹੈ ਇਹ ਜੀ? ਵਾਲਮੀਕੀ ਮੁਹੱਲਾ ਹੈ ਜੀ। ਹਾਂਜੀ, ਵਾਰਡ ਨੰਬਰ 13 ਦਾ ਜੀ। ਅਤੇ ਅਸੀਂ ਕਿੰਨੀ ਵਾਰ ਇੱਥੇ ਅਵੇਅਰ ਕਰ ਚੁੱਕੇ ਹਾਂ ਲੋਕਾਂ ਨੂੰ, ਤਾਂ ਅੱਜ ਫਿਰ ਦੁਬਾਰਾ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਏ ਹਾਂ, ਅਤੇ ਇੱਥੇ ਫੋਗਿੰਗ ਵੀ ਕਰਾਵਾਂਗੇ, ਸਪਰੇਅ ਵੀ ਕਰਾਵਾਂਗੇ, ਕਿਉਂ ਇਹ ਹਾਈ ਰਿਸਕ ਏਰੀਆ ਜੀ ਸਾਡੇ ਇੱਥੇ ਕੁਰਾਲੀ ਦਾ। ਇੱਥੇ ਆਲਰੇਡੀ ਪਹਿਲਾਂ ਵੀ ਕਾਫੀ ਕੇਸ ਆ ਚੁੱਕੇ ਹਾਂ, ਅਤੇ ਹੁਣ ਤੱਕ ਸਾਡੇ ਕੁਰਾਲੀ ਦੇ 9 ਕੇਸ ਰਿਪੋਰਟ ਹੋਏ ਆ ਜੀ, ਅਤੇ ਬਾਕੀ ਹੋਰ ਜੋ ਕਈ ਕੇਸ ਇੱਦਾਂ ਦੇ ਹੈ ਜਿਹੜੇ ਸਾਡੇ ਤੱਕ ਨਹੀਂ ਪਹੁੰਚ ਸਕੇ ਹੈਗੇ, ਜੋ ਆਪਣੀ ਪ੍ਰਾਈਵੇਟ ਹੋਸਪਿਟਲਾਂ ਦਵਾਈ ਲੈਂਦੇ ਤਾਂ ਉਹ ਅਲੱਗ ਤੇ ਹੈਗੇ ਆ, ਤਾਂ ਉਹਨਾਂ ਦੀ ਭਰਮਾਰ ਨੂੰ ਦੇਖਦੇ ਹੋਏ ਅੱਜ ਸਾਨੂੰ ਇਹ ਨਿਰਦੇਸ਼ ਜਾਰੀ ਹੋਏ ਆ ਕਿ ਤੁਸੀਂ ਆਪਣਾ ਵਾਰਡ ਵਾਲੀ ਜਾਓ ਜਿੱਥੇ ਹਾਈ ਰਿਸਕ ਏਰੀਆ ਹੈਗਾ, ਤਾਂ ਡੋਰ ਟੂ ਡੋਰ ਜਾ ਕੇ ਸਰਵੇ ਕਰੋ, ਲੋਕਾਂ ਨੂੰ ਅਵੇਅਰ ਕਰੋ ਜੀ। ਅਸੀਂ ਮਾਰਚ ਮਹੀਨੇ ਤੋਂ ਲੋਕਾਂ ਨੂੰ ਕਰਦੇ ਆ ਰਹੇ ਹਾਂ ਅਵੇਅਰ, ਇਸ ਚੀਜ਼ ਬਾਰੇ ਦੱਸਦੇ ਆ ਰਹੇ ਹਾਂ, ਅਤੇ ਜਿੱਥੇ ਕਿਤੇ ਹੋਇਆ ਦਵਾਈ ਦਾ ਛਿੜਕਾਅ ਵੀ ਕਰਵਾਉਂਦੇ ਰਹੇ ਹਾਂ, ਫੋਗਿੰਗ ਵੀ ਹੋ ਰਹੀ ਹੈ ਸਾਡੀ ਆਲਰੇਡੀ, ਅਤੇ ਨਾਲ ਚਲਾਨ ਵੀ ਕੱਟ ਰਹੇ ਹਾਂ। ਨਾਲ ਚਲਾਨ ਵੀ ਕੱਟਦੇ, ਕਿੰਨੇ ਦਾ ਚਲਾਨ ਹੈ? ਚਲਾਨ ਦੇਖੋ ਜੀ, ਮੌਕੇ 'ਤੇ ਦੇਖ ਲੈਂਦੇ ਹਾਂ ਜੀ, ਮੈਂ ਸਾਡੇ ਸੈਨੀਟਰੀ ਇੰਸਪੈਕਟਰ ਸਾਹਿਬ ਹੈਗੇ ਹਾਂ, ਕਮੇਟੀ ਤੋਂ ਆਏ ਹੋਏ ਹਾਂ, ਅਸੀਂ ਇਹਨਾਂ ਨੂੰ ਘਰ ਲੱਭ ਕੇ ਦੇ ਦੇਣਾ ਕਿ ਇਸ ਘਰ ਦੇ ਵਿੱਚ ਲਾਰਵਾ ਮਿਲਿਆ ਹੈਗਾ ਕਿ ਇਹਨਾਂ ਦਾ, ਤੁਸੀਂ ਚਲਾਨ ਕੱਟੋ। ਉਹ ਮੌਕੇ 'ਤੇ ਇਹਨਾਂ ਦਾ 500 ਦਾ ਵੀ ਹੋ ਸਕਦਾ ਜੀ, 200 ਦਾ ਵੀ ਹੋ ਸਕਦਾ, 100 ਦਾ ਵੀ ਹੋ ਸਕਦਾ ਜੀ। ਠੀਕ ਹੈ। ਤੋ ਗੱਲਬਾਤ ਕਰਦੇ ਆਪਾਂ ਰਾਣਾ ਜੀ ਦੇ ਨਾਲ, ਜੋ ਕਿ ਆਪਣਾ ਮਿਊਂਸੀਪਲ ਕਮੇਟੀ ਤੋਂ ਨੇ ਇੰਸਪੈਕਟਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਕਹੋਗੇ ਜੀ ਤੁਸੀਂ ਅੱਜ ਦੇ ਇਸ ਬਾਰੇ ਸਰਵੇ? ਅਸੀਂ ਵਾਰਡ ਨੰਬਰ 13 ਦੇ ਵਿੱਚ ਅਸੀਂ ਸਰਵਾ ਕਰ ਰਹੇ ਹਾਂ, ਅਸੀਂ ਉਰੇ ਇਹਨਾਂ ਨੇ ਮਨੀਸ਼ ਨੇ ਦੱਸਿਆ ਹੀ ਹੋਣਾ ਕਿ ਘੱਟੋ ਘੱਟ 10 ਵਾਰ ਉਰੇ ਅਸੀਂ ਆ ਚੁੱਕੇ ਹਾਂ। ਹਾਂਜੀ, ਠੀਕ ਹੈ ਨੀ, ਉਰੇ ਲਾਰਵਾ ਮਿਲੇ ਆ ਤੁਹਾਡੇ ਸਾਹਮਣੇ, ਚਲਾਨ ਵੀ ਕਰੇ ਹਾਂ, ਉਰੇ ਆਪਾਂ ਨੇ ਫੋਗਿੰਗ ਸਭ ਸਪਰੇਅ ਇਹ ਸਾਰਾ ਕੁਛ ਅਸੀਂ ਕਰਾ ਰਹੇ ਹਾਂ, ਵੀ ਆਲਰੇਡੀ ਅਸੀਂ ਉਰੇ ਤਕਰੀਬਨ ਅੱਜ ਛੁੱਟੀ ਵਾਲੇ ਦਿਨ ਵੀ ਇਹਨਾਂ ਦੇ ਨਾਲ ਘੁੰਮ ਰਹੇ ਹਾਂ ਵੀ ਚੱਲ ਕੋਈ ਫਾਇਦਾ ਹੋ। ਹਾਂਜੀ, ਪਰ ਲੋਕ ਫਿਰ ਵੀ ਅਵੇਅਰ ਨਹੀਂ ਹੋ ਰਹੇ ਹੈਗੇ। ਹਾਂ, ਲੋਕ ਸਮਝ ਨਹੀਂ ਰਹੇ ਹੈ, ਜਿੰਨਾ ਮਰਜ਼ੀ ਉਹਦਾ ਕਰ ਲਓ, ਬਸ ਫਿਰ ਮੌਕੇ ਪਰ ਚਲਾਨ ਵੀ ਤਾਂ ਹੀ ਕੱਟ ਰਹੇ ਨਾ ਵੀ ਕੁਛ ਉਹਦੇ ਕਰਕੇ ਇਹ ਸਮਝ ਮੈਂ, ਲੇਕਿਨ ਨਹੀਂ ਹੈ ਕਿਸੇ ਨੂੰ, ਇਹਨਾਂ ਨੂੰ ਕੋਈ ਫਰਕ। ਹਾਂਜੀ, ਠੀਕ ਠੀਕ ਹੈ ਜੀ। ਹਾਂਜੀ ਸਰ, ਅੱਜ ਇਹ ਫਰਿੱਜ ਨੂੰ ਖੋਲ੍ਹਿਆ, ਮਤਲਬ ਕਿ ਤੁਸੀਂ ਇਹ ਚੈਕਿੰਗ ਕਰਨ ਆਏ ਹੈ, ਕੀ ਕਾਰਨ ਹੈ? ਹਾਂਜੀ, ਅੱਜ ਆਪਣੇ ਡੇਂਗੂ ਚਿਕਨਗੁਣੀ ਦੇ ਕੇਸ ਜ਼ਿਆਦਾ ਬਹੁਤ ਜ਼ਿਆਦਾ ਵੱਧ ਰਹੇ ਹੈ, ਸਾਡੇ ਸਿਹਤ ਮੰਤਰੀ ਜੋੜਾ ਮਾਜਰਾ ਜੀ, ਅਤੇ ਸਾਡੇ ਸਿਵਲ ਸਰਜਨ ਮੈਡਮ ਦਰਸ਼ਪਾਲ ਕੌਰ ਜੀ, ਅਤੇ ਸਾਡੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਸ਼ੈਲਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਅੱਜ ਕੁਰਾਲੀ ਦੇ ਵੀ ਸਰਵੇ ਕਰ ਰਹੇ ਹਾਂ, ਰੂਟੀਨ ਦੇ ਵੀ ਸਾਡਾ ਮਾਰਚ ਤੋਂ ਹੀ ਸਰਵੇ ਚੱਲ ਰਿਹਾ ਹੈ, ਸਾਡੇ ਬਿਲਡਿੰਗ ਚੈੱਕ ਕਰਾਇਆ, ਕਮੇਟੀ ਮੈਂਬਰਸ ਹੈਗੇ ਸਾਡੇ ਨਾਲ ਜੁੜੇ ਹੋਏ। ਹਾਂਜੀ, ਅਤੇ ਦੇਖੋ ਅਸੀਂ ਫਰਿੱਜ ਦੇ ਪਿੱਛੇ ਟ੍ਰੇ ਆਈ ਸੀ, ਇਹ 'ਚ ਲਾਰਵੇ ਨਾਲ ਪੂਰੀ ਭਰੀ ਹੋਈ ਹੈ। ਹਾਂਜੀ, ਇਹਦੇ ਵਿੱਚ ਮਤਲਬ ਕਿ ਪਤਾ ਲੱਗ ਗਿਆ। ਹਾਂਜੀ, ਆਹ ਦੇਖੋ ਚੱਲ ਰਿਹਾ ਜੀ, ਇਹਨੂੰ ਲਾਰਵਾ ਕਹਿੰਦੇ ਜੀ, ਜੀ ਇਹ ਤਿਆਰ ਹੋ ਗਿਆ। ਇਸ ਤੋਂ ਬਾਅਦ ਇਹਦੇ ਨੂੰ 3 ਜਾਂ 3-4 ਦਿਨਾਂ ਬਾਅਦ ਇਹ ਪੀਪਾ ਬਣ ਜਾਏਗਾ, ਉਸ ਤੋਂ ਬਾਅਦ ਇਹਨੂੰ ਪੰਖ ਲੱਗ ਜਾਣਗੇ ਜੀ, ਮੱਛਰ ਉੱਡੇਗਾ। ਅੱਛਾ ਜੀ, ਕੱਟੇਗਾ ਅਤੇ ਉਹਦੇ ਨਾਲ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਡੇਂਗੂ ਦਾ ਜਾਂ ਚਿਕਨਗੁਨੀ ਦਾ ਚੱਲ ਰਿਹਾ ਜੀ, ਹਾਂਜੀ, ਉਹ ਫਿਰ ਕੇਸਾਂ 'ਚ ਵਾਧਾ ਹੋ ਰਿਹਾ ਬਹੁਤ ਜ਼ਿਆਦਾ, ਅਤੇ ਆਪਾਂ ਨੇ ਇਸਦੀ ਰੋਕਥਾਮ ਕਰਨੀ ਹੁੰਦੀ ਹੈ, ਆਪਾਂ ਸਟਾਰਟਿੰਗ ਘਰ ਤੋਂ ਹੀ ਕਰਨੀ ਹੁੰਦੀ ਹੈ, ਜਿਵੇਂ ਸਾਫ਼ ਪਾਣੀ ਆਪਾਂ ਨੇ ਕਿਤੇ ਜਮ੍ਹਾਂ ਨਹੀਂ ਹੋਣ ਦੇਣਾ ਹੈਗਾ। ਹਾਂਜੀ, ਸਾਫ਼ ਪਾਣੀ 'ਚ ਇਕੱਠਾ ਹੋਇਆ ਸੀ ਬਰਫ਼ ਦਾ, ਠੀਕ ਹੈ ਜੀ, ਉਸ 'ਚ ਵਿੱਚ ਮੱਛਰ ਐੱਗ ਦੇ ਗਿਆ ਜੀ, ਅੰਡੇ ਹੋਣ ਦੇਣ ਤੋਂ ਬਾਅਦ ਆ ਦੇਖੋ ਤੁਹਾਡੇ ਸਾਹਮਣੇ ਹੀ ਹੈ। ਹਾਂਜੀ, ਇਹ ਹਾਰਡਲੀ 3 ਜਾਂ 4 ਦਿਨਾਂ ਬਾਅਦ ਤਿਆਰ ਹੋ ਕੇ ਮਤਲਬ ਇਹਨੂੰ ਕੱਟੇਗਾ ਅਤੇ ਬੁਖਾਰ ਆਏਗਾ।
ਆਲਰੇਡੀ ਹਸਪੀਟਲ ਦੇ ਵਿੱਚ ਕਾਫੀ ਪੇਸ਼ੈਂਟ ਆ ਰਹੇ ਸਾਡੇ ਕੋਲ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਸਿਹਤ ਮੰਤਰੀ ਸਾਹਿਬ ਜੀ ਦੇ ਅਸੀਂ ਅੱਜ ਸੰਡੇ ਵਾਲੇ ਦਿਨ ਵੀ ਆਪਣਾ ਸਰਵੇ ਕਰ ਰਹੇ ਹਾਂ ਤੇ ਇਸ ਵਾਰਡ ਦੇ ਵਿੱਚ ਸਾਡਾ ਹਾਈ ਰਿਸਕ ਏਰੀਆ ਹੈ ਤੇ ਇੱਥੇ ਅਸੀਂ ਆਪਣਾ ਜਿੰਨੇ ਵੀ ਘਰ ਹੈਗੇ ਸਾਰਿਆਂ ਦਾ ਸਰਵੇ ਕਰਾਂਗੇ ਤੇ ਜਿਹਨਾਂ ਲਾਰਵਾ ਮਿਲਦਾ ਉਹਨਾਂ ਚਲਾਨ ਵੀ ਕੱਟਣ ਦੀ ਹਦਾਇਤ ਹੋਈ ਹੈ। ਅੱਛਾ ਜੀ। ਹਾਂਜੀ ਹਾਂਜੀ, ਚਲਾਨ ਵੀ ਉਹਨਾਂ ਦੇ ਕੱਟਾਂਗੇ ਤੇ ਫੋਗਿੰਗ ਵੀ ਕਰਵਾਵਾਂਗੇ ਇੱਥੇ ਸਾਰੇ ਏਰੀਏ ਦੇ ਵਿੱਚ। ਹਾਂਜੀ, ਇਹ ਆਲਰੇਡੀ ਅਸੀਂ ਕਰ ਰਹੇ ਹਾਂ ਜੀ, ਮਾਰਚ ਮਹੀਨੇ ਚੱਲ ਰਿਹਾ ਤੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਥੋੜ੍ਹਾ ਜ਼ਿਆਦਾ ਕੰਮ ਵੱਧ ਜਾਂਦਾ ਜੀ। ਇਹ ਕੀ ਕੀਤਾ ਜੀ ਤੁਸੀਂ? ਇਹ ਪਾਣੀ ਸੁੱਕੀ ਜਗ੍ਹਾ ਦਾ ਗੇਰਿਆ ਜੀ। ਹਾਂਜੀ, ਤਾਂ ਕਿ ਇਹਨੂੰ ਅੱਗੇ ਹੋਰ ਪਾਣੀ ਨਾ ਮਿਲ ਜਾਵੇ, ਕਿ ਪੈਦਾਵਾਰ ਜਿਹੜੀ ਅੱਗੇ ਵਧੇ ਨਾ ਇੱਥੇ ਖਤਮ ਹੋ ਜਾਵੇ, ਪਾਣੀ ਇੱਥੇ ਸੁੱਕ ਜਾਵੇ ਸੁੱਕੇ। ਹਾਂਜੀ, ਇਹਦੇ ਨਾਲ ਫਿਰ ਮਰ ਜੂਗੇ? ਮਰ ਜਾਣਾ ਜੀ। ਹਾਂਜੀ, ਅੱਜ ਇਹ ਹੋਸਪਿਟਲ ਵਾਲੇ ਆਏ ਨੇ ਤੁਹਾਡੇ ਘਰ ਦੇ ਵਿੱਚੋਂ ਫਰਿੱਜ 'ਚੋਂ ਇਹ ਕੱਢਿਆ, ਮਤਲਬ ਕਿ ਕੀ ਕਹੋਗੇ ਇਹਦੇ ਬਾਰੇ? ਮੈਂ ਜੋ ਸਾਡੇ ਟੀਮ ਹੈਲਥ ਡਿਪਾਰਟਮੈਂਟ ਤੋਂ ਮਲੇਰੀਆ ਇੰਸਪੈਕਟਰ ਸਾਹਿਬ ਆਏ ਨੇ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੋ ਨਹੀਂ ਸੀਗੀ ਵੀ ਇਸ ਤਰੀਕੇ ਨਾਲ ਵੀ ਇਹ ਜਿਹੜਾ ਮੱਛਰ ਪੈਦਾ ਹੁੰਦਾ ਜਾਂ ਕਿਸੇ ਤਰੀਕੇ ਨਾਲ, ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਾਰੇ ਵਾਲਮੀਕੀ ਪਰਿਵਾਰ ਦੇ ਵਿੱਚ ਸਾਰਿਆਂ ਵੱਲੋਂ ਹੀ, ਵਾਲਮੀਕੀ ਪਰਿਵਾਰਾਂ ਵੱਲੋਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਾਡੇ ਗਰੀਬ ਪਰਿਵਾਰਾਂ ਦੇ ਵਿੱਚ ਆਣ ਕੇ ਆਪਣਾ ਸਵੇਰੇ ਹੀ ਆਪਣੀ ਟੀਮ ਲਿਜਾ ਕੇ ਸਾਰੇ ਘਰ ਘਰ ਜਾ ਕੇ ਚੈੱਕ ਕਰ ਰਹੇ ਨੇ। ਮੈਂ ਹੈਲਥ ਡਿਪਾਰਟਮੈਂਟ ਦਾ, ਡਿਪਟੀ CMO ਸਾਹਿਬ ਦਾ, ਕੁਰਾਲੀ ਦਾ, ਉਹਨਾਂ ਦਾ ਵੀ ਧੰਨਵਾਦ ਕਰਦਾ, ਨਗਰ ਕੌਂਸਲ ਦਾ, GT ਪ੍ਰਧਾਨ ਜੀ ਦਾ, EO ਸਾਹਿਬ ਦਾ, ਸਾਰਿਆਂ ਦਾ ਜਿਨ੍ਹਾਂ ਨੇ ਸਰਕਾਰੀ ਟੀਮ ਭੇਜੀ ਹੈ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਲਮੀਕ ਸਭਾ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ। ਹਾਂਜੀ, ਦੇਖੋ ਭਾਅ ਜੀ, ਇਹ ਲਾਰਵਾ ਹੈ ਜੀ, ਦੇਖੋ ਸਾਫ਼ ਪਾਣੀ ਹੈ, ਖੜ੍ਹਾ ਪਾਣੀ ਹੈ, ਬਸ ਇਹਨਾਂ ਨੇ ਕੀ ਕੀਤਾ ਕਿ ਢਾਕੇ ਹੀ ਰੱਖਿਆ ਹੈਗਾ ਇਹਨੂੰ, ਅਗਰ ਢਾਕੇ ਰੱਖਦੇ ਤਾਂ ਸ਼ਾਇਦ ਇਹ ਲਾਰਵਾ ਨਾ ਹੁੰਦਾ ਇਹਦੇ ਵਿੱਚ। ਹੁਣ ਇੰਨੀ ਤਾਦਾਦ ਵਿੱਚ ਲਾਰਵਾ ਹੈ ਕਿ ਪੂਰੇ ਮੁਹੱਲੇ ਨੂੰ ਬਿਮਾਰ ਕਰ ਸਕਦਾ ਹੈ, ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੈ ਜੀ। ਇਹ ਕਿੰਨੀ ਛੇਤੀ ਫੈਲ ਜਾਂਦਾ? ਇਹ ਦੇਖੋ ਭਾਅ ਜੀ, ਜਿਵੇਂ ਹੁਣ ਇਹਦੇ ਵਿੱਚ ਐਗ ਦੇ ਕੇ ਗਿਆ, ਹਜ਼ਾਰਾਂ ਦੀ ਗਿਣਤੀ ਵਿੱਚ ਮੱਛਰ ਆਂਡੇ ਦੇ ਕੇ ਜਾਂਦਾ, ਉਸ ਤੋਂ ਬਾਅਦ ਦੇਖੋ ਲਾਰਵਾ ਬਣ ਗਿਆ। ਇਹ 3 ਜਾਂ 4 ਦਿਨਾਂ ਦੇ ਵਿੱਚ ਹਾਰਡਲੀ ਇਹਨੂੰ ਖੰਭ ਲੱਗ ਜਾਣਗੇ ਪਿਊਪਾ ਬਣਨ ਤੋਂ ਬਾਅਦ, ਫਿਰ ਇਹਨੂੰ ਕੱਟੇਗਾ, ਬਿਮਾਰ ਹੋਣਗੇ। ਠੀਕ ਹੈ ਜੀ, ਮੁਹੱਲੇ ਵਿੱਚ ਕਿਸੇ ਵੀ 100 ਮੀਟਰ ਤੱਕ ਮਾਰ ਕਰਦਾ ਹੈ ਮੱਛਰ, 100 ਮੀਟਰ ਦੇ ਦਾਇਰੇ ਵਿੱਚ ਕਿਸੇ ਨੂੰ ਵੀ ਕੱਟ ਸਕਦਾ ਹੈ ਜੀ। ਜਿਹਨਾਂ ਨੂੰ ਕੱਟਦੇ ਜਾਣਗੇ ਤਾਂ ਬਿਮਾਰ ਹੁੰਦੇ ਜਾਣਗੇ ਅਤੇ ਫਿਰ ਉਹ ਆਊਟਬ੍ਰੇਕ ਹੋ ਜਾਂਦੀ ਹੈ ਜੀ। ਤਾਂ ਹੁਣ ਫਿਲਹਾਲ ਉਹੀ ਕੰਮ ਚੱਲ ਰਿਹਾ ਕਿ ਲੋਕ ਬਿਮਾਰ ਹੋ ਰਹੇ ਹੈ, ਹਸਪਤਾਲ ਭਰੇ ਹੋਏ ਹੈ, ਇਹੀ ਸੀਨ ਹੋ ਰਿਹਾ ਕਿ ਹਾਂ ਮੱਛਰ ਦੇ ਸੀ ਕਿੰਨੀ ਵਾਰ ਇੱਥੇ ਰੂਟੀਨ ਦੇ ਵਿੱਚ, ਮੇਰੇ ਖਿਆਲ ਜ਼ਿਆਦਾ ਨਹੀਂ ਤਾਂ ਅੱਜ ਅਸੀਂ 10ਵੀਂ ਵਾਰ ਇੱਥੇ ਆਏ ਹੋਵਾਂਗੇ, ਪਰ ਇਹਨਾਂ ਨੂੰ ਕੋਈ ਅਸਰ ਨਹੀਂ। 20 ਵਾਰ ਅਸੀਂ ਦੱਸ ਚੁੱਕੇ ਹਾਂ ਕਿ ਕਿੰਨੀ ਵਾਰ ਦੱਸ ਚੁੱਕੇ ਹਾਂ ਅਸੀਂ ਕਿ ਭਾਈ ਇਹਨੂੰ ਸਾਫ਼ ਕਰੋ। ਹਾਂਜੀ ਸਰ, ਵਾਰਡ ਨੰਬਰ 13 ਦੇ ਵਿੱਚ ਤੁਸੀਂ ਅੱਜ ਜੋ ਚੈਕਿੰਗ ਕੀਤੀ ਹੈ, ਕੁਛ ਤੁਹਾਨੂੰ ਮਿਲਿਆ, ਕੋਈ ਚੈਕਿੰਗ ਵੀ ਕੀਤੀ ਹੈ? ਹਾਂਜੀ, ਸਾਨੂੰ ਅਸੀਂ 2 ਘਰ ਰਿਪੋਰਟ ਕੀਤੇ ਹਾਂ ਜਿਨ੍ਹਾਂ ਵਿੱਚੋਂ ਸਾਨੂੰ ਲਾਰਵਾ ਮਿਲਿਆ ਹੈਗਾ। ਇੱਕ ਤਾਂ ਸਾਨੂੰ ਫਰਿੱਜ ਦੀ ਟ੍ਰੇ ਵਿੱਚੋਂ ਟ੍ਰੇ ਲਾਰਵਾ ਮਿਲਿਆ ਹੈਗਾ, ਫਰਿੱਜ ਦੀ ਬੈਕ ਸਾਈਡ 'ਤੇ ਟ੍ਰੇ ਹੁੰਦੀ ਹੈ ਜੀ, ਅਤੇ ਸੈਕਿੰਡਲੀ ਸਾਨੂੰ ਡਰੰਮ 'ਚੋਂ ਮਿਲਿਆ ਹੈਗਾ ਲਾਰਵਾ। ਹਾਂਜੀ, ਕਾਫੀ ਮਾਤਰਾ 'ਚ ਲਾਰਵਾ ਸੀ, ਉਹ ਇੰਨਾ ਜ਼ਿਆਦਾ ਸੀ ਕਿ ਪੂਰਾ ਮੁਹੱਲਾ ਬਿਮਾਰ ਹੋ ਸਕਦਾ ਸੀ। ਅਸੀਂ ਉਹਨੂੰ ਡਿਸਟਰੋਏ ਕਰਤਾ ਹੈ, ਦਵਾਈ ਪਾ ਦਿੱਤੀ ਹੈ ਜੀ, ਅਤੇ ਹੁਣ ਅਸੀਂ ਇਸ ਮੁਹੱਲੇ ਦੇ ਵਿੱਚ ਪੂਰੀ ਫੋਗਿੰਗ ਵੀ ਕਰਵਾਵਾਂਗੇ, ਅਤੇ ਜਿਹਨਾਂ ਘਰਾਂ ਸਾਨੂੰ ਲਾਰਵਾ ਮਿਲਿਆ ਤਾਂ ਉਹਨਾਂ ਚਲਾਨ ਵੀ ਕੱਟਾਂਗੇ। ਓਕੇ, ਅੱਜ ਦਾ ਸਾਡਾ ਟਾਰਗੇਟ ਹੈ ਕਿ ਅਸੀਂ ਘੱਟੋ ਘੱਟ 2 ਜਾਂ 250 ਘਰ ਅਸੀਂ ਕਵਰ ਕਰਾਂਗੇ ਜੀ, ਅਤੇ ਜਿਹਦੇ ਕਿਸੇ ਲਾਰਵਾ ਮਿਲਦਾ ਸੀ ਉਹਨਾਂ ਦਾ ਚਲਾਨ ਕੱਟਾਂਗੇ। ਓਕੇ ਸਰ, ਅੱਜ ਜੋ ਘਰ ਇਹ ਕੀਤੇ ਗਏ ਨੇ ਚੈੱਕ, ਇਹਨਾਂ ਦਾ ਚਲਾਨ ਕੱਟੋਗੇ? ਹਾਂ, ਚਲਾਨ ਕੱਟੇ ਜਾਊਂਗੇ ਇਹਨਾਂ ਦੇ, ਬਸ ਜਿਸ ਤਰ੍ਹਾਂ ਹਸੀਅਤ ਦੇ ਮੁਤਾਬਕ ਨਾ, ਜਗ ਲੈਂਦੇ ਅਗਲਾ, ਜਿਸ ਤਰ੍ਹਾਂ 500 ਦਾ ਵੀ ਹੋ ਸਕਦਾ, 200 ਦਾ ਹੋ ਸਕਦਾ, ਮੌਕੇ ਦੇ ਮੁਤਾਬਕ ਅਸੀਂ ਉਹਨਾਂ ਦੇ ਚਲਾਨ ਕੱਟੇ ਜਾਊਂਗੇ। ਥੈਂਕ ਯੂ।